ਹੋਰ ਸਵਾਲ ਹੈ ਜਿਹੜੇ ਦਰਸ਼ਕਾਂ ਨੂੰ ਨਹੀਂ ਪਤਾ ਕਿ ਤੁਸੀਂ ਪੈਦਲ ਹੀ ਚੱਲਦੇ ਹੋ ਤੇ ਕੁੜਤਾ ਚਾਦਰਾ ਹੀ ਪਾਉਂਦੇ ਹੋ? ਦੇਖੋ ਪੈਦਲ ਤਾਂ ਮੈਂ ਆਪਣੇ ਬਾਰੇ ਥੋੜਾ ਦੱਸੋ ਕਿਹੜੀ ਪੋਸਟ ਤੇ ਸੀਗੇ? ਦੇਖੋ ਜੀ ਪੈਦਲ ਤਾਂ ਮੈਂ ਇਸ ਕਰਕੇ ਚੱਲਿਆ ਪਿਆ ਵੀ ਨਿੱਕੇ ਹੁੰਦੇ ਨੇ ਮੈਂ ਇਕੱਲਾ ਸਾਈਕਲ ਸਿੱਖਿਆ ਸੀ, ਸਾਈਕਲ ਚਲਾ ਲੈਂਦੇ ਸੀ। ਚੰਡੀਗੜ੍ਹ ਗਏ ਤਾਂ ਸਾਈਕਲ ਚਲਾਉਣਾ ਛੱਡਤਾ। ਇੱਕ ਅਸੀਂ ਕੋਈ ਲਾਲ ਲਖੀਰ ਥੋੜ੍ਹੀ ਜਿਹੀ ਲੰਘ ਬੈਠੇ ਮੁੰਡੇ ਖੁੰਡੇ, ਅਸੀਂ ਉਦੋਂ ਬੀਏ 'ਚ ਸੀਗੇ, ਅਤੇ ਇੱਕ ਸਿਪਾਹੀ ਨੇ ਆਖਿਆ ਵੀ ਓਏ ਮੁੰਡਿਓ ਕਿਸੇ ਦੇ ਥੱਲੇ ਆ ਜਾਓਗੇ, ਅਤੇ ਗੱਲ ਤਾਂ ਉਹਦੀ ਸੱਚੀ ਸੀ। ਅਸੀਂ ਕਿਹਾ ਯਾਰ ਵੀ ਕਿਉਂ ਇਹਨਾਂ ਦੀਆਂ ਝਿੜਕਾਂ ਖਾਧੀਆਂ, ਅਤੇ ਕਿਉਂ ਇਹਨੂੰ ਚੱਕਿਆ ਸੀ ਸਾਈਕਲ ਹੀ ਛੱਡਤਾ। ਮੁੜ ਕੇ ਸਾਈਕਲ 'ਤੇ ਨਹੀਂ ਚੜ੍ਹੇ, ਸਕੂਟਰ ਆਪਾਂ ਨੂੰ ਚਲਾਉਣਾ ਹੀ ਨਹੀਂ ਆਉਂਦਾ, ਸਿੱਖਿਆ ਹੀ ਨਹੀਂ, ਕਾਰ ਆਪਾਂ ਸਿੱਖੀ ਨਹੀਂ, ਲੋੜ ਹੀ ਨਹੀਂ, 20-22 ਕਿਲੋਮੀਟਰ ਤੁਰ ਕੇ ਕੱਢ ਦਿੰਦੇ ਹਾਂ। ਇਹ ਤਾਂ ਮੇਰੀ ਸਵਾਰੀ ਕਰਕੇ ਹੋਇਆ ਸੀ, ਮੈਨੂੰ ਲੋੜ ਹੀ ਨਹੀਂ ਪੈਂਦੀ ਵੀ ਮੈਨੂੰ ਇਹਦੀ ਲੋੜ ਹੈ। ਕੁੜਤੇ ਚਾਦਰੇ ਦਾ ਕੀ ਹੈਗਾ? ਕੁੜਤਾ ਚਾਦਰਾ ਸੀ ਵੀ ਜਦੋਂ ਅਸੀਂ ਛੋਟੇ ਹੁੰਦੇ ਪ੍ਰੈਪ 'ਚ ਪੜ੍ਹਦੇ ਸੀ, ਸਾਰਿਆਂ ਦੇ ਪਜਾਮੇ ਅਤੇ ਪਤਲੂਨਾਂ ਪਾਈਆਂ ਹੁੰਦੀਆਂ ਸੀ, ਉਹ ਘਰਾਂ 'ਚ ਸਾਰੇ ਚਾਦਰ ਹੀ ਬੰਨਦੇ ਸੀ। ਪਜਾਮੇ ਨੂੰ ਕੋਈ ਬਹੁਤਾ ਅਸੀਂ ਚੰਗਾ ਨਹੀਂ ਮੰਨਦੇ ਸੀ, ਪਜਾਮਿਆਂ ਨੂੰ ਕਹਿੰਦੇ ਸੀ, ਇਹ ਮੂਰਖ ਨੂੰ ਪਜਾਮਾ ਕਹਿੰਦੇ ਸੀ। ਹਾਂ, ਸਾਡੇ ਇਲਾਕੇ ਜਿਹਨੂੰ ਮੂਰਖਣਾ ਵੀ ਇਹ ਤਾਂ ਸਾਰਾ ਪਜਾਮਾ ਹੈ, ਹੁਣ ਵੀ ਕਹਿ ਦਿੰਦੇ। ਹਾਂ, ਅਤੇ ਪਜਾਮੇ ਨੂੰ ਫਿਰ ਦੂਜਾ ਲਫ਼ਜ਼ ਸੀ ਸੁੱਥੂ। ਹਾਂ, ਇਹਦਾ ਇਸਤਰੀ ਲਿੰਗ ਹੈ ਸੁੱਥਣ, ਸੁੱਥੂ ਅਤੇ ਸੁੱਥਣ, ਇਹਨੂੰ ਵੀ ਅਸੀਂ ਇਸ ਕਰਕੇ ਨਹੀਂ ਚੰਗਾ ਮੰਨਦੇ ਸੀ। ਫਿਰ ਸਾਡੇ ਕੋਲ ਇਕੱਲਾ ਚਾਦਰਾ ਰਹਿ ਗਿਆ, ਧੂਵਾਂ ਚਾਦਰਾ, ਉਹ ਵੀ ਉਹ ਸਾਡੇ ਇਲਾਕੇ 'ਚ ਬੰਨਦੇ ਸੀ ਅਤੇ ਮੈਂ ਵੀ ਬੰਨਦਾ ਸੀਗਾ। ਨਹੀਂ, ਜਦੋਂ ਤੁਸੀਂ ਫਿਰ ਅਫਸਰ ਵੀ ਬਣ ਗਏ, ਜਦੋਂ ਤੁਸੀਂ ਡਿਊਟੀ, ਹਾਂ, ਕਿਹੜੀ ਪੋਸਟ ਸੀ? ਮੈਂ ਇੱਥੇ ਨਾ ਐਕਸਾਈਜ਼ ਐਂਡ ਟੈਕਸੇਸ਼ਨ ਅਫਸਰ, ਸਾਡੀ ਕਲਾਸਬੰਦੀ ਪੋਸਟ ਹੁੰਦੀ ਹੈ, ਗਸਟਰਡ ਅਫਸਰ, ਹਾਂ, ਆਬਕਾਰੀ ਅਤੇ ਕਰ ਵਿਭਾਗ ਦੇ ਵਿੱਚ ਮੈਂ ਫਿਰ ਪੜ੍ਹਦਾ ਰਿਹਾ ਅਤੇ ਮੈਂ ਕਿਵੇਂ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਕਾਫੀ ਰੜਕਦਾ ਸੀ, ਪਰ ਕਦੇ ਕਿਤੇ ਨੇ ਕੋਈ ਨਾ ਕੋਈ ਬੰਦਾ ਮੇਰੇ ਹੱਕ 'ਚ ਬੋਲਣਾ ਆ ਜਾਂਦਾ। ਜੇ ਮੈਨੂੰ ਸ਼ਾਮ ਤੱਕ 10 ਬੰਦੇ ਝਿੜਕਦੇ ਅਤੇ ਇੱਕ ਬੰਦਾ ਮੇਰੇ ਹੱਕ 'ਚ ਆ ਜਾਂਦਾ, ਮੈਂ ਤਕੜਾ ਹੋ ਜਾਂਦਾ। ਹਾਂ, ਫਿਰ ਅੰਗਰੇਜ਼ ਨੇ ਵੀ ਕਿਹਾ ਸੀ ਵੀ ਤੁਸੀਂ, ਹਾਂ, ਅੰਗਰੇਜ਼ ਦਾ ਸੀ ਵੀ ਜਦੋਂ ਅਸੀਂ ਪ੍ਰੈਪ 'ਚ ਪੜ੍ਹਦੇ ਸੀਗੇ ਨਾ, ਅਤੇ ਸਾਨੂੰ ਪਤਾ ਲੱਗਿਆ ਵੀ ਗੁਲਾਟੀ ਦੀ ਦੁਕਾਨ 'ਤੇ ਮੇਮਾਂ ਆਈਆਂ। ਅੱਛਾ, ਅਸੀਂ ਮੇਮ ਦੇਖੀ ਨਹੀਂ ਸੀ, ਸੁਣੀਆਂ ਸੀ ਵੀ ਮੇਮਾਂ ਬਹੁਤ ਸੋਹਣੀਆਂ ਹੁੰਦੀਆਂ ਅਤੇ ਉਹਨਾਂ ਦੇ ਰੰਗ ਬੜੇ ਗੋਰੇ ਹੁੰਦੇ ਆ, ਅਤੇ ਸਾਡੇ ਤਾਂ ਹਿਸਾਰ 'ਚ ਰੰਗ ਪੱਕੇ ਸੀ, ਧੁੱਪ ਇੰਨੀ ਤੇਜ਼ ਹੁੰਦੀ ਹੈ ਸਾੜ ਦਿੰਦੀ ਹੈ। ਜਦੋਂ ਪਤਾ ਲੱਗਿਆ ਵੀ ਮੇਮਾਂ ਆਈਆਂ, ਅਸੀਂ ਅੰਗਰੇਜ਼ੀ ਦਾ ਪੀੜ ਛੱਡ ਕੇ ਅਤੇ ਮੇਮਾਂ ਵੇਖਣ ਤੁਰ ਪਏ। ਗਾਹਾਂ ਗੁਲਾਟੀ ਦੀ ਦੁਕਾਨ 'ਤੇ ਗਏ ਤਾਂ ਸੱਚੀ ਮੇਮਾਂ ਬੈਠੀਆਂ, 5-6 ਮੇਮਾਂ ਬੈਠੀਆਂ, 3-4 ਅੰਗਰੇਜ਼ ਬੈਠੇ। ਉਹ ਅਸਲ ਦੇ ਵਿੱਚ ਉਹ ਹਿੱਪੀ ਸੀਗੇ, ਉਹਨਾਂ ਵੇਲੇ ਜਿਹੜੇ ਹਿੱਪੀ ਸੀਗੇ ਉਹਨਾਂ ਕੱਪੜੇ ਘੱਟ ਪਾਉਂਦੇ ਸੀ, ਵੀ ਲੰਡੀ ਜੀ ਕੱਛ, ਇੱਕ ਬਨੈਣ, ਬਸ ਇਹਦੇ ਵੱਧ ਕੋਈ ਕੱਪੜਾ ਨਹੀਂ, ਪੈਰਾਂ 'ਚ ਚੱਪਲੀਆਂ, ਸਿਰੋਂ ਨੰਗੇ, ਸਿਗਰਟ ਪੀਣੀ ਅਤੇ ਠੰਡੇ ਪੀਣੇ। ਸਾਡੇ ਇਲਾਕੇ ਤਾਂ ਇੰਨੇ ਘੱਟ ਕੱਪੜੇ ਕੋਈ ਨਹੀਂ ਪਾਉਂਦਾ, ਜੇ ਬਾਥਰੂਮ 'ਚ ਵੀ ਨਹਾਈਏ ਨਾ ਉਹ ਤੋਂ ਵੱਧ ਕੱਪੜੇ ਪਾ ਕੇ ਨਹਾਉਂਦੇ ਆ, ਸਾਰਾ ਤਨ ਢੱਕਦੇ, ਸਾਰਾ ਤਨ ਢੱਕ ਕੇ। ਜਦੋਂ ਅਸੀਂ ਉਹਨਾਂ ਨੂੰ ਵੇਖਿਆ ਮੇਮਾਂ ਨੂੰ ਅਤੇ ਸਾਡੇ ਦੀਆਂ ਜੀਭਾਂ ਤਾਲੂ ਨਾਲ ਲੱਗ ਗਏ ਵੀ ਇੰਨਾ ਗੋਰਾ ਰੰਗ ਵੀ ਹੁੰਦਾ। ਪਹਿਲਾਂ ਤਾਂ ਅਸੀਂ ਉਹਨਾਂ ਦੇ ਗੋਰੇ ਰੰਗ 'ਤੇ ਅਸੀਂ ਲਟੂ ਹੋ ਗਏ। ਫਿਰ ਜਦੋਂ ਉਹਨਾਂ ਨੇ ਸਿਗਰਟਾਂ ਪੀਤੀਆਂ ਵੀ ਜਨਾਨੀਆਂ ਸਿਗਰਟਾਂ ਪੀਂਦੀਆਂ, ਕਿਉਂ ਸਾਡੇ ਮਨੀ ਤਾਂ ਸਿਗਰਟ ਦਾ ਮਤਲਬ ਹੀ ਕੋਈ ਜਨਾਨੀ ਸਿਗਰਟ ਪੀ ਜੇ, ਇਹ ਸਾਡੇ ਲਈ ਦੂਜਾ ਵੰਡਰ ਸੀ, ਜਿਹਨੂੰ ਕਹੀਏ ਨਾ ਵੀ ਇਹ ਅਚੰਬਾ। ਹਾਂ, ਅਤੇ ਸਭ ਤੋਂ ਘੱਟ ਉਹਨਾਂ ਦੇ ਕੱਪੜੇ ਪਾਏ ਹੋਏ, ਉਦੋਂ ਵੱਧ ਤਾਂ ਸਾਡੇ ਪਿੰਡਾਂ ਵਾਲੇ ਬੁੜੇ ਘੁੰਡ ਕੱਢ ਲੈਂਦੇ ਆ, ਬੁੜੀਆਂ ਤਾਂ ਗੱਲ ਛੱਡੋ। ਹਾਂ, ਫਿਰ ਉਹਨਾਂ ਦੇ ਵਿੱਚ ਇੱਕ ਔਰਤ ਸੀਗੀ ਜਿਹੜੀ ਨਾ ਸਿਗਰਟ ਦਾ ਉਹਨੇ ਲਾਇਆ ਸੂਟਾ, ਕੋਕ ਪੀਤਾ ਅਤੇ ਉਹਨੇ ਫਿਰ ਅੰਗਰੇਜ਼ੀ 'ਚ ਕੁਛ ਲਫ਼ਜ਼ ਕਿਹਾ, ਉਹਦੀ ਸੋ ਫਾਰ ਐਸ ਲੈਂਗੁਏਜ ਐਂਡ ਡਰੈਸ ਇਜ ਕੰਸਰਨਡ ਸਟਿਲ ਵੀ ਆਰ ਰੂਲਿੰਗ ਬਲੱਡੀ ਇੰਡੀਆ। ਜਦੋਂ ਇਹ ਲਫ਼ਜ਼ ਕਿਹਾ ਤਾਂ ਮੈਂ ਕਿਹਾ ਵੀ ਇਹਦੇ ਨਾਲ ਨਾ ਤੂੰ ਇਹ ਨਾ ਵੇਖੀ ਵੀ ਇਹ ਸਿਗਰਟ ਪੀਂਦੀ ਹੈ, ਇਹਦੇ ਕੱਪੜੇ ਘੱਟ ਹੈ, ਹੈਂ, ਅਤੇ ਇਹਦਾ ਰੰਗ ਗੋਰਾ, ਤੂੰ ਇਹ ਵੇਖ ਨਾ ਗੱਲ ਕੀ ਕਹੀ ਹੈ, ਗੱਲ ਕਹਿੰਦੀ ਲੱਗੀ ਸਮਝ ਇੰਗਲਿਸ਼ 'ਚ ਕਿਹਾ? ਪੱਕੀ ਤਰ੍ਹਾਂ ਮੈਂ ਅੰਗਰੇਜ਼ੀ 'ਚ ਹੁਸ਼ਿਆਰ ਸੀ, ਹੁਣ ਤਾਂ ਮੈਂ ਅੰਗਰੇਜ਼ੀ ਦੇ ਬਹੁਤ ਬਹੁਤ 'ਚ ਆ ਨਾ, ਹੁਣ ਮੈਨੂੰ ਅੰਗਰੇਜ਼ੀ ਨਾਲ ਕੋਈ ਅਰਥ ਨਹੀਂ, ਅਤੇ ਮੈਂ ਬਾਬਾ ਅੰਗਰੇਜ਼ੀ ਮਤਲਬ ਲਿਖਦਾ ਸੀ, ਬੋਲਦਾ ਸੀ, ਪੜ੍ਹਦਾ ਸੀ ਅੰਗਰੇਜ਼ੀ, ਮੈਂ ਹੁਣ ਵੀ ਪੜ੍ਹਦਾ ਪਰ ਮੈਂ ਇਹਨੂੰ ਬੋਲਦਾ ਨਹੀਂ ਹਾਂ। ਹਾਂ, ਅਤੇ ਮੈਂ ਕਿਹਾ ਵੀ ਇਹਦੀ ਗੱਲ ਤਾਂ ਠੀਕ ਹੈ ਵੀ ਨਾ ਤਾਂ ਆਪਣੀ ਭਾਸ਼ਾ ਹੈ ਅਤੇ ਨਾ ਆਪਣਾ ਭੇਸ ਹੈ। ਉਹ ਦਿਨ ਗਿਆ, ਘਰ ਆਇਆ, ਬਾਬੇ ਵਾਲਾ ਚਾਦਰਾ ਚੱਕਿਆ ਅਤੇ ਲੱਕ 'ਤੇ ਭਲੇਟ ਰਿਹਾ, ਮੁੜ ਕੇ ਆਪਾਂ ਪਤਲੂਨ ਪਜਾਮਾ ਲੱਕ 'ਤੇ ਨਹੀਂ ਲਾਇਆ, ਆਪਾਂ ਨੇ ਅੰਗਰੇਜ਼ਾਂ ਵਾਲਾ ਪਾਉਣਾ ਹੀ ਨਹੀਂ, ਕੰਮ ਮੱਟਵੇਂ ਕੁਛ ਵੀ ਹੋ ਜਾਵੇ ਇਸੇ ਤਰ੍ਹਾਂ ਹੀ ਜਾਣਾ। ਕਈ ਕਹਿਣਗੇ ਜੀ ਸ਼ਾਲ 'ਚ ਤੁਹਾਨੂੰ ਪਾਲਾ ਨਹੀਂ ਲੱਗਦਾ, ਮੈਂ ਕਦੇ ਲੱਗਿਆ ਹੀ ਨਹੀਂ, ਕਦੇ ਨਹੀਂ ਲੱਗਿਆ, ਮੈਂ ਵਲਾਇਤੀ ਕੱਪੜਾ ਪਾਉਂਦੇ ਹੀ ਨਹੀਂ। ਪਰ ਆਪਾਂ ਤਾਂ ਸਾਰਾ ਪੱਛਮ ਦੀ ਤਾਂ ਨਕਲ ਕੀਤੀ ਆ, ਹੁਣ ਵੀ ਵਲਾਇਤੀ ਹੋਈ ਆ ਆਪਾਂ, ਕੋਟ, ਪੈਂਟ, ਟਾਈ, ਉਹਨਾਂ ਦਾ ਸਾਰਾ ਕੁਛ। ਜੇ ਤੁਸੀਂ ਦਫ਼ਤਰ ਜਾਓ ਥੋੜੀ ਬੇਇੱਜ਼ਤੀ ਹੋ ਜੂ, ਕੋਰਟ ਜਾਓ ਪਤਾ ਨਹੀਂ ਜੱਜ ਤੁਹਾਨੂੰ ਕੀ ਕਹਿ ਦੇ, ਕਿਤੇ ਜਾਓ ਥੋੜੀ ਬੇਇੱਜ਼ਤੀ ਕਰਨੀ ਕਰਨੀ ਆ। ਕਲੱਬਾਂ 'ਚ ਤਾਂ ਕੁੜਤੇ ਪਜਾਮੇ ਵਾਲੇ ਨੂੰ ਐਂਟਰ ਨਹੀਂ ਕਰਨਾ। ਇਹ ਤਾਂ ਹੁਣ ਸ਼ੁਕਰ ਹੈ ਵੀ ਇੱਕ ਕਾਨੂੰਨ ਬਣ ਗਿਆ ਮਦਰਾਸ ਵਾਲਿਆਂ ਨੇ ਬਣਾਤਾ ਵੀ ਕੋਈ ਵੀ ਬੰਦਾ ਜਿਹਦੇ ਧੋਤੀ, ਲੂੰਗੀ, ਵੇਸ਼ਟੀ ਜਾਂ ਹਿੰਦੁਸਤਾਨ ਦੇ ਕਿਸੇ ਵੀ ਰਾਜ ਦਾ ਸੱਭਿਆਚਾਰਕ ਭੇਸ ਪਾਇਆ ਹੋਵੇ, ਜੇ ਉਹਨੂੰ ਕਿਸੇ ਹਾਲ ਵਿੱਚ, ਕਿਸੇ ਮਾਲ ਵਿੱਚ, ਕਿਸੇ ਕਲੱਬ ਵਿੱਚ, ਕਿਸੇ ਪੱਬ ਵਿੱਚ, ਕਿਸੇ ਸਟੇਡੀਅਮ ਵਿੱਚ, ਕਿਸੇ ਥੀਏਟਰ ਵਿੱਚ ਜਾਂ ਪਬਲਿਕ ਪਲੇਸ 'ਤੇ ਰੋਕਿਆ ਜਾਂ ਟੋਕਿਆ,
ਉਹਨੂੰ 1 ਸਾਲ ਦੀ ਕੈਦ ਤੇ 20,000 ਰੁਪਏ ਜੁਰਮਾਨਾ ਉਹਦੇ ਦਾ ਮੈਂ ਸ਼ੇਅਰ ਹੋਇਆ ਫਿਰਦਾ ਵੀ ਕਾਨੂੰਨ ਮੇਰੇ ਹੱਕ 'ਚ ਆ ਗਿਆ ਠੀਕ ਆ ਹੁਣ ਨਹੀਂ ਡਰਦਾ ਹੁਣ ਮੈਂ ਘੱਟ ਡਰਦਾ ਮੈਂ ਪਤਲੂਨ ਵਾਲਿਆਂ ਨੂੰ ਕਹਿ ਦੇਣਾ ਵੇਖ ਲਓ ਜੇ ਆਪਣਾ ਕਲੇਸ਼ ਪੈ ਗਿਆ ਤੁਹਾਡੇ ਕੈਦ ਨਹੀਂ ਕੱਟੀ ਜਾਣੀ ਪਤਲੂਨ ਵਾਲਾ ਬੰਦਾ ਕਿਵੇਂ ਕੈਦ ਕੱਟ ਸਕਦਾ ਕੱਟ ਹੀ ਨਹੀਂ ਸਕਦਾ 20,000 ਰੁਪਏ ਜੁਰਮਾਨਾ ਵੀ ਨਹੀਂ ਚੱਲ ਸਕਦਾ ਕਿੰਨੀਆਂ ਕਿਤਾਬਾਂ ਪੜ੍ਹਤੀਆਂ ਹੁਣ ਤੱਕ ਮੈਂ 5,000-5,500 ਤੋਂ ਵੀ ਵੱਧ ਕਿਤਾਬ ਪੜ੍ਹੀ ਹੈ ਮੈਂ ਰੋਜ਼ਾਨਾ 100-150 ਪੇਜ ਪੜ੍ਹ ਕੇ ਮੈਂ ਬਾਹਰ ਨਿਕਲਦਾ ਹੋਰ ਮੈਨੂੰ ਕੋਈ ਸ਼ੌਕ ਹੀ ਨਹੀਂ ਇਹ ਗਿਆਨ ਦਾ ਕਾਰਨ ਇਹ ਹੈ ਜਿਹਨੇ ਕਿਤਾਬਾਂ ਕਿਤਾਬਾਂ 'ਚ ਗਿਆਨ ਹੈ ਕਿਤਾਬਾਂ 'ਚ ਗਿਆਨ ਹੈ ਬਈ ਜੀ ਬਿਲਕੁਲ ਕਿ ਪਹਿਲਾਂ ਕੱਲੀਆਂ ਹੀਰਾਂ ਜੀ ਦੇ ਕਿਸੇ ਪੜ੍ਹੀਂਗੇ ਮਿਰਜ਼ਾ ਸਾਹਿਬਾਂ ਦੇ ਪੜ੍ਹੀਂਗੇ ਬਾਹਰ ਆ ਗਏ ਲਿਟਰੇਚਰ 'ਚ ਆ ਗਏ ਅੰਗਰੇਜ਼ੀ 'ਚ ਆ ਗਏ ਹਿੰਦੀ 'ਚ ਆ ਗਏ ਫਿਲੋਸਫੀ 'ਚ ਆ ਗਏ ਮਨੋਵਿਗਿਆਨ 'ਚ ਆ ਗਏ ਸਮਾਜ ਸ਼ਾਸਤਰ 'ਚ ਆ ਗਏ ਇਤਿਹਾਸ 'ਚ ਆ ਗਏ ਮਿਥਿਹਾਸ 'ਚ ਆ ਗਏ ਅਰਥ ਸ਼ਾਸਤਰ 'ਚ ਆ ਗਏ ਅਤੇ ਦੁਨੀਆ ਦੇ ਸਾਰੇ ਧਰਮਾਂ ਦਾ ਤੁਲਨਾਤਮਕ ਅਧਿਐਨ ਕੀਤਾ ਕਰਨ ਤੋਂ ਬਾਅਦ ਫਿਰ ਆਪਾਂ ਜਵਾਂ ਹੁਣ ਲੰਡੇ ਚੜੇ ਹੋ ਗਏ ਵੀ ਜਿਹੜਾ ਮਰਜ਼ੀ ਆ ਜਾਵੇ ਹਾਂ ਹੁਣ ਆਪਾਂ ਦੋ ਬੰਦਿਆਂ ਤੋਂ ਨਹੀਂ ਮੈਂ ਡਰਦਾ ਜਿਹਦੇ ਪੈਂਟ ਕੋਟ 'ਤੇ ਟਾਈ ਲਾਈ ਹੋਈ ਆ ਉਹਨੂੰ ਮੈਂ ਕਹਿੰਦਾ ਵਿਚਾਰਾ ਲਾਰਡ ਮਕਾਲੇ ਦਾ ਗੁਲਾਮ ਜਾਂਦਾ ਉਹਨੂੰ ਦੇਖ ਮੈਂ ਹੁਣ ਤਰਸ ਕਰਨ ਲੱਗ ਗਿਆ ਅੱਗੇ ਮੈਂ ਉਹਨਾਂ 'ਤੇ ਕ੍ਰੋਧ ਕਰਦਾ ਸੀ ਮੈਂ ਵੀ ਵਿਚਾਰਾ ਕੀ ਕਰੇ ਲਾਰਡ ਮਕਾਲੇ ਦਾ ਗੁਲਾਮ ਹੈ ਜਿਹਦੇ ਐਚਕਨ ਪਾਇਆ ਤੇਰੇ ਪਜਾਮਾ ਪਾਇਆ ਉਹਨੂੰ ਕਹਿਣਾ ਵੀ ਇਰਾਨ ਦਾ ਗੁਲਾਮ ਆ ਗਿਆ ਇਰਾਨ ਦੇ ਵੀ ਆਪਾਂ ਗੁਲਾਮ ਰਹੇ ਹਾਂ ਨਾ ਉਹਨੇ ਕੁੱਟ ਕੇ ਐਚਕਨ ਤੇਰੇ ਪਜਾਮਾ ਪਾਤਾ ਸੀ ਹੋਰਾਂ ਨਾਲ ਮੇਰੀ ਲੜਾਈ ਕੋਈ ਨਹੀਂ ਹੋਰ ਤਾਂ ਮੇਰੇ ਵਰਗੇ ਸਾਰੇ ਗਰੀਬੜੇ ਨੇ ਗਰੀਬ ਆ ਜੇ ਧੋਤੀ ਵਾਲਾ ਆ ਜੇ ਲਿਬੜਿਆ ਆ ਜੇ ਪਾਟੇ ਕੱਪੜੇ ਵਾਲਾ ਕਹਿੰਦਾ ਵੀ ਭਾਈ